ਬਠਿੰਡਾ ਵਿਖੇ ਲਗਾਇਆ ਆਂਗਣਵਾੜੀ ਵਰਕਰਾਂ ਵੱਲੋਂ ਧਰਨਾ ਤੇ ਕੀਤੀ ਪੰਜਾਬ ਸਰਕਾਰ ਤੋਂ ਮੰਗ ਕੇ ਦੋਸ਼ੀਆਂ ਖਿਲਾਫ ਕੀਤੀ ਜਾਵੇ ਕਾਰਵਾਈ। ਉਧਰੋਂ ਬਠਿੰਡਾ ਪੁਲਿਸ ਵੱਲੋਂ ਵੀ ਵੱਡੀ ਫੋਰਸ ਲਗਾ ਕੇ ਇਸ ਦੀ ਤਿਆਰੀ ਕਰ ਲਈ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੂਰੀ ਤਿਆਰੀ ਕਰ ਲਈ। ਦੱਸ ਦੇ ਕਿ ਕੱਲ੍ਹ ਆਂਗਣਵਾੜੀ ਵਰਕਰਾਂ ਵੱਲੋਂ ਬਠਿੰਡਾ ਦੇ ਵਿੱਚ ਇੱਕ ਰੋਸ ਮਜ਼ਾਰ ਰੱਖਿਆ ਸੀ ਤੇ ਉਹਨਾਂ ਵੱਲੋਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਰਾਓ ਕਰਨਾ, ਜਿੱਥੇ ਉਹਨਾਂ ਦੇ ਕਹਿਣ ਮੁਤਾਬਕ ਪੁਲਿਸ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਹੈ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਉਹਨਾਂ ਦੇ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ 'ਤੇ ਪਰਚਾ ਵੀ ਦਰਜ ਕੀਤਾ ਗਿਆ, ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਇੱਕ ਮਾਲਵਾ ਲੈਵਲ ਦਾ ਬਠਿੰਡਾ ਵਿਖੇ ਧਰਨਾ ਰੱਖਿਆ ਗਿਆ ਅਤੇ ਕਿਸਾਨਾਂ ਵੱਲੋਂ ਵੀ ਉਹਨਾਂ ਦਾ ਸਮਰਥਨ ਕੀਤਾ ਗਿਆ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸੈਕਟਰੀਏਟ ਦੇ ਬਾਹਰ ਦੀਆਂ, ਜਿੱਥੇ ਉਹਨਾਂ ਵੱਲੋਂ ਇੱਕ ਵੱਡਾ ਇਕੱਠ ਕਰਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਬਠਿੰਡਾ ਤੋਂ ਤਹਿਸੀਲਦਾਰ ਸਿੰਘ ਵੀ ਬਰਾੜ ਵੀ ਪਹੁੰਚੇ ਹੋਏ ਸਨ, ਜੋ ਇਹਨਾਂ ਨੂੰ ਮਨਾ ਰਹੇ ਸਨ। ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਹਾਮੀ ਨਹੀਂ ਭਰੀ ਗਈ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿੰਨੀ ਸੈਕਟਰੀਏਟ ਦੇ ਬਾਹਰ ਦੀਆਂ। ਮੇਰਾ ਨਾਂ ਜਗਸੀਰ ਸਿੰਘ ਝੁੰਬਾ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ। ਜੋ ਕੱਲ੍ਹ ਆਂਗਣਵਾੜੀ ਮਹਿਕਮੇ ਦੀਆਂ ਵਰਕਰਾਂ ਮਨਪ੍ਰੀਤ ਦਫ਼ਤਰ ਦੇ ਮੂਹਰੇ ਜਾ ਰਹੀਆਂ ਸੀ ਤੇ ਉੱਥੇ ਬਜਟ ਦੀਆਂ ਕਾਪੀਆਂ ਛੱਡ ਰਹੀਆਂ ਸੀ। ਜੋ ਉਹਨਾਂ ਦੀ ਮੰਗ ਸੀ ਕਿ ਸਾਨੂੰ ਬਜਟ 'ਚ ਆਂਗਣਵਾੜੀ ਮਹਿਕਮੇ ਨੂੰ ਕੁਛ ਨਹੀਂ ਦਿੱਤਾ, ਉਸ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਲਈਆਂ ਸੀ ਤੇ ਕੱਲ੍ਹ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੇ ਹੁੱਜਾਂ ਮਾਰੀਆਂ ਗਈਆਂ ਬੱਖੀਆਂ 'ਚ ਤੇ ਇਹਨਾਂ ਦੀਆਂ ਚੁੰਨੀਆਂ ਲਾਈਆਂ ਗਈਆਂ ਤੇ ਬਦਤਮੀਜ਼ੀ ਕੀਤੀ। ਇਹਦੇ ਦਰਜਨ ਦੇ ਕਰੀਬ ਸਾਡੀਆਂ ਧੀਆਂ ਜਿਹੜੀਆਂ ਜ਼ਖਮੀ ਹੋਈਆਂ ਹਸਪਤਾਲ 'ਚ ਦਾਖਲ ਆ ਤੇ ਅੱਜ ਅਸੀਂ ਇਹਨਾਂ ਦੀ ਹਮਾਇਤ 'ਚ ਆਏ ਹਾਂ। ਡਟ ਕੇ ਵੱਡਾ ਰਿਲਾਇੰਸ ਮਾਲ ਮੂਹਰੇ ਵੱਡਾ ਇਕੱਠ ਰੱਖ ਕੇ ਉਦੋਂ ਬਾਅਦ ਹਮਾਇਤ 'ਚ ਆ ਕੇ ਇਹਨਾਂ ਦਾ ਮਤਲਬ ਇਹਨਾਂ ਦੀ ਹਮਾਇਤ ਕਰਾਂਗੇ। ਇਹ ਜੀ ਪੁਲਿਸ ਪ੍ਰਸ਼ਾਸਨ ਨੇ ਪਹਿਲੀ ਵਾਰ ਨਹੀਂ ਨਾ ਕੋਈ ਅਖੀਰਲੀ ਵਾਰ ਕੰਮ ਕੀਤਾ। ਜਦੋਂ ਵੀ ਕੋਈ ਸਾਡੀਆਂ ਭੈਣਾਂ ਜਾਂ ਨਕੀਆ ਹੱਕ ਮੰਗਦੇ ਆ ਉਦੋਂ ਇਹਨਾਂ ਨੂੰ ਕੁੱਟਮਾਰ ਕੀਤੀ ਜਾਂਦੀ ਆ ਤੇ ਜਦੋਂ ਇਹ ਇਕੱਲੇ ਕੈਪਟਨ ਸਰਕਾਰ ਵੱਲੋਂ ਨਹੀਂ ਬਾਦਲ ਸਰਕਾਰ ਵੀ ਜਿਹੜੀ ਹਰਸਿਮਰਨ ਨੰਨੀ ਸਾਹਿਬਾ ਨਾਰਾ ਲਾਉਂਦੀ ਆ ਧੀਓ ਬਚਾਓ ਧੀਆਂ ਪੜਾਓ, ਉਦੋਂ ਵੀ ਇਹਨਾਂ ਨੂੰ ਕੁੱਟ ਕੁੱਟ ਕੇ ਨਹਿਰਾਂ ਸਿੱਟਿਆ ਸੀਗਾ ਚੁੰਨੀਆਂ ਦੇ। ਇਹਨਾਂ ਨੂੰ ਅਸੀਂ ਐਂ ਪੁੱਛਣਾ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ, ਵੀਰਾਂ ਨੂੰ ਜਾਂ ਜਿਹੜੇ ਮੁਲਾਜ਼ਮ ਆ ਇਹਨਾਂ ਦੇ ਵੀ ਧੀਆਂ ਭੈਣਾਂ ਇਹਨਾਂ ਦੇ ਵੀ ਬੇਟੀਆਂ ਨੇ ਜਨਮ ਲੈਣਾ ਹੈਗਾ, ਜਦੋਂ ਆਉਣ ਵਾਲੇ ਸਮੇਂ 'ਚ ਹੁਣ ਇਹਨਾਂ ਦੇ ਵਰਦੀ ਪਾਈ ਆ, ਜਦੋਂ ਇਹਨਾਂ ਦੇ ਬੱਚੇ ਹੱਕ ਮੰਗਣ ਗਏ ਇਹਨਾਂ ਦੀਆਂ ਧੀਆਂ ਹੱਕ ਮੰਗਣਗੀਆਂ, ਉਦੋਂ ਜੋ ਪ੍ਰਸ਼ਾਸਨ ਇਹਦਾ ਨਹੀਂ ਹੁਣ ਰਿਟਾਇਰਮੈਂਟ ਹੋ ਜਾਣਗੇ। ਇਹਨਾਂ ਦੀਆਂ ਧੀਆਂ ਦੀਆਂ ਕੋਈ ਚੁੰਨੀਆਂ ਲਾਵੇ ਵੱਖਾਂ 'ਚ ਹੁੱਜਾ ਮਾਰੇ ਸਾਡੀਆਂ ਧੀਆਂ ਭੈਣਾਂ ਦੀ ਕੋਈ ਬੇਇੱਜ਼ਤੀ ਕਰੇ, ਫਿਰ ਇਹਨਾਂ ਦੇ ਆਪਦੇ ਕਾਲਜ ਦਾ ਫਰਾਕਾ ਸਾਨੂੰ ਦਿਲ ਤੇ ਕੀ, ਇਹਨਾਂ ਮਾਂ ਪਿਓ ਦੇ ਦਿਲ ਤੇ ਕੀ ਬੀਤੂਗੀ। ਮੰਗ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੀ ਘਰੋਣੀ ਹਰਕਤ ਕੀਤੀ ਆ ਇਹਨਾਂ ਨੇ ਚੁੰਡੀਆਂ ਵੱਢਣ ਤੱਕ ਵੀ ਜਿਹੜੀ ਹਲੇ ਜਲੀਲ ਹਰਕਤਾਂ ਕੀਤੀਆਂ ਉਹਨਾਂ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਘਟਕਾ ਪੁਲਿਸ ਪ੍ਰਸ਼ਾਸਨ ਸਾਰੇ ਨੇ ਘਟਕਾ ਪੁਲਿਸ ਪ੍ਰਸ਼ਾਸਨ ਦੇ ਕਾਰਵਾਈ ਹੋਣੀ ਚਾਹੀਦੀ ਸਖ਼ਤ ਤੋਂ ਸਖ਼ਤ। ਗਾਣੂ ਕੋਈ ਇਹੋ ਜੀ ਸਾਡੀਆਂ ਧੀਆਂ ਭਰਾ ਕੇ ਅੱਖ ਭਰ ਕੇ ਬਠਿੰਡੇ ਜ਼ਿਲ੍ਹੇ ਡਿਸਟ੍ਰਿਕਟ ਦੀ ਪ੍ਰੈਜ਼ੀਡੈਂਟ ਹੈ ਔਰ ਜੋ ਕੁਛ ਕੱਲ੍ਹ ਸਾਨੂੰ ਮਤਲਬ ਹਾਈ ਕਮਾਂਡ ਵੱਲੋਂ ਹੁਕਮ ਕੀਤੇ ਗਏ ਭੈਣ ਜੀ ਵੱਲੋਂ ਕਿ ਸਾਨੂੰ ਬਜਟ ਦੇ ਵਿੱਚ ਇਹਨਾਂ ਨੇ 3 ਤਰੀਕ ਦੀ ਮੀਟਿੰਗ ਰੱਖੀ ਗਈ ਤਾਂ ਸਾਨੂੰ ਮੰਤਰੀ ਨੇ ਇਹ ਭਰੋਸਾ ਦਿੱਤਾ ਸੀ ਕਿ ਤੁਸੀਂ 4 ਤਰੀਕ ਨੂੰ ਪਾਰਲੀਮੈਂਟ ਦਾ ਘਿਰਾਓ ਨਾ ਕਰੋ, ਅਸੀਂ ਤੁਹਾਡੇ ਬਜਟ ਦੇ ਵਿੱਚ ਅਸੀਂ ਤੁਹਾਡੇ ਕੁਛ ਨਾ ਕੁਛ ਵਾਧਾ ਜ਼ਰੂਰ ਕਰਾਂਗੇ। ਪਰ ਉਹ ਜਦੋਂ ਬਜਟ ਆਇਆ ਤਾਂ ਉਹਦੇ ਵਿੱਚੋਂ ਸਾਨੂੰ ਕੁਛ ਨਹੀਂ ਮਿਲਿਆ ਤਾਂ ਉਸ ਗੁੱਸੇ ਦੇ ਵਿੱਚ ਆ ਕੇ ਅਸੀਂ ਹਰ ਇੱਕ ਥਾਂ 'ਤੇ ਇਹਨਾਂ ਦੇ ਮੰਤਰੀ ਦੇ ਪੁਤਲੇ ਸਾੜੇ ਔਰ ਬਜਟ ਦੀਆਂ ਕਾਪੀਆਂ ਸਾੜੀਆਂ, ਜਦੋਂ ਕਿ ਇਹੀ ਪ੍ਰੋਗਰਾਮ ਕੱਲ੍ਹ ਬਠਿੰਡੇ ਦੇ ਵਿੱਚ ਸੀ ਤਾਂ ਬਠਿੰਡੇ ਦੇ ਵਿੱਚ ਭੈਣ ਜੀ ਹਾਜ਼ਰ ਸੀ ਖੁਦ ਆਪ, ਤਾਂ ਸਾਡੇ ਆਗੂ ਸਾਡੇ ਡਿਸਟ੍ਰਿਕਟ ਦੇ ਆਗੂ ਨਾਲ ਸਾਡੇ ਸਟੇਟ ਦੇ ਆਗੂ ਨਾਲ ਨੈਸ਼ਨਲ ਆਗੂ ਨਾਲ ਇੰਨੀ ਜ਼ਿਆਦਤੀ ਕੀਤੀ ਗਈ, ਇਹਨਾਂ ਦੇ ਝੂਠੇ ਪਰਚੇ ਕੀਤੇ ਗਏ, ਇਹਨਾਂ 'ਤੇ ਗੁੰਡਾਗਰਦੀ ਦੀ ਕੋਈ ਹੱਦ ਨਹੀਂ ਛੱਡੀ, ਇਹਨਾਂ ਸਿਰਾਂ ਦੀਆਂ ਚੁੰਨੀਆਂ ਲਾਈਆਂ ਗਈਆਂ ਜਿਸ ਨੂੰ ਕਿ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਅੱਜ ਇਸੇ ਕਰਕੇ SSP ਦਫ਼ਤਰ ਦਾ ਘਿਰਾਓ ਕੀਤਾ ਹੈ ਕਿ ਸਾਨੂੰ ਸਾਡੇ ਜਿਹੜੇ ਝੂਠੇ ਪਰਚੇ ਕੀਤੇ ਹੈ ਸਾਡੀਆਂ ਵਰਕਰਾਂ 'ਤੇ ਉਹ ਰੱਦ ਕੀਤੇ ਜਾਣ, ਸਾਡੇ ਆਗੂਆਂ ਦੇ ਝੂਠੇ ਪਰਚੇ ਰੱਦ ਕੀਤੇ ਜਾਣ ਔਰ ਸਾਨੂੰ ਇਨਸਾਫ਼ ਦਵਾਇਆ ਜਾਵੇ ਔਰ ਜਿਨ੍ਹਾਂ ਨੇ ਇਹਨਾਂ ਦੇ ਸਿਰਾਂ ਦੀਆਂ ਚੁੰਨੀਆਂ ਲਾਈਆਂ ਅਤੇ ਉਹਨਾਂ 'ਤੇ ਪਰਚੇ ਹੋਣੇ ਬਹੁਤ ਜ਼ਰੂਰੀ ਹੈ। ਪੁਲਿਸ ਜੇ ਗ੍ਰਿਫਤਾਰ ਕਰਨੇ ਤੁਹਾਡੇ ਮਾਮਲੇ ਦੀ ਦਰਜ ਕੀਤੇ ਆ ਜੀ, ਗ੍ਰਿਫਤਾਰ ਕਰਨ ਦੀ ਪੁੱਛ ਗਿੱਛ
कोई गल नहीं, असीं गिरफ्तारियां देने लई तैयार है। असीं इस पुलिस की गुंडागर्दी तो बिल्कुल नहीं डरते, क्योंकि पहलां भी असीं जेलां कट चुके हैं और अज भी असीं तैयार। मैं आंगनवाड़ी इंपलाइज फैडरेशन ऑफ इंडिया की कौमी प्रधान है, आल पंजाब आंगनवाड़ी मुलाजम यूनियन की स्टेट की प्रेजीडेंट हाँ, तो औरत ते बच्चा भलाई संस्था की पंजाब की चेयरपर्सन है। असीं एक एन जी ओ भी चलाते हैं। हाँ जी, अज असीं इस करके इकट्ठे हुए हैं कि कल पूरे पंजाब दे विच असीं पंजाब सरकार दे पुतले साड़े सी बजट नूं लैके, क्योंकि बजट दे विच पंजाब सरकार ने आंगनवाड़ी वर्करां हैल्परां लई कुछ नहीं रखिया सी। उसे कड़ी दे तहत कल असीं बठिंडे दे विच सरदार मनप्रीत सिंह बादल अपने खजाना मंत्री आ उन्हां दे ऑफिस तक घराओ करके उत्थे पुतला साड़न दा साडा प्रोग्राम सी। असीं उत्थे उन्हां दे दफ्तर दे सामने पहुंचे तां पुलिस ने उत्थे साडे नाल बेहद ज्यादती कीती कि सानूं दसदे आ शर्म आउंदी है कि कल वी असीं दस्सिया कि हुण पता नहीं इन्हां नूं कोई इदां दी ट्रेनिंग दित्ती है सरकार ने कि इक तां इन्हां ने सानूं पुलिस ने शरेआम सोटी मारन की थां ते इक तां जिवें पशुआं नूं हुज्जा मारदे आ सोटियां दीआं उवें सोटियां मारियां साडे ਹੁੱਜਾਂ ਨਾਲ, ਤੇ ਦੂਜਾ ਸਾਡੇ ਜ਼ੋਰ ਜ਼ੋਰ ਦੀ ਚੁੰਡੀਆਂ ਵੱਡੀਆਂ, ਮੇਰੇ ਖੁਦ ਦੇ ਇੱਥੇ ਨੀਲ ਪਏ ਹੋਏ ਆ ਬਾਹਾਂ ਤੇ, ਸਾਨੂੰ ਏਦਾਂ ਚੁੰਡੀਆਂ ਮਾਰ ਮਾਰ ਕੇ ਧੱਕਿਆ ਇਹਨਾਂ ਨੇ ਪਿੱਛੇ ਨੂੰ, ਤੇ ਕਾਂਗਰਸ ਦੇ ਵਰਕਰਾਂ ਨੂੰ ਇਹਨਾਂ ਨੇ ਵਿਸ਼ਾਤ ਕੀਤਾ। ਉੱਥੇ ਸਾਹਮਣੇ ਆ ਰਿਹਾ ਹੈ ਕਿ ਰਾਮ ਲਾਲ ਹਲਵਾਈ ਐਮ ਸੀ ਉਹਦਾ ਮੁੰਡਾ ਜਿਹੜਾ ਉਹ ਸਾਡੇ ਸਿਰਾਂ ਤੋਂ ਚੁੰਨੀਆਂ ਲਾ ਕੇ ਲੈ ਗਏ, ਸਾਡੇ ਪੁਤਲੇ ਖੋ ਕੇ ਲੈ ਗਏ, ਤੇ ਬਹੁਤ ਬੁਰੀ ਹਾਲਤ ਕੀਤੀ ਪੁਲਿਸ ਨੇ ਤੇ ਕਾਂਗਰਸੀ ਗੁੰਡਿਆਂ ਨੇ ਰਲ ਕੇ ਸਾਡੀ, ਤੇ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਤੇ ਨਾਲ ਹੀ ਪੁਲਿਸ ਨੇ ਕੀ ਕੀਤਾ, ਸਾਨੂੰ ਖੁਦ ਧੱਕ ਕੇ ਸੜਕ ਤੇ ਲੈ ਕੇ ਗਏ, ਸੜਕ ਤੇ ਸਾਨੂੰ ਸੁੱਟਿਆ ਤੇ ਆਪ ਹੀ ਸਾਡੇ ਤੇ ਪਰਚਾ ਦਰਜ ਕਰਤਾ ਕਿ ਅਸੀਂ ਸੜਕ ਤੇ ਬੈਠੀਆਂ ਸੀਗੀਆਂ। ਸੋ ਇਹ ਨਿਰੀ ਪੂਰੀ ਗੁੰਡਾਗਰਦੀ ਕੀਤੀ ਹੈ, ਸਰਕਾਰੀ ਗੁੰਡਾਗਰਦੀ ਹੈ, ਜਿਹਦਾ ਵਿਰੋਧ ਕਰਨ ਵਾਸਤੇ ਅਸੀਂ ਅੱਜ ਇੱਥੇ ਪਹੁੰਚੀਆਂ। ਤੇ ਅਸੀਂ ਐਸ ਐਸ ਪੀ ਦਫ਼ਤਰ ਦਾ ਘਰਾਓ ਦਾ ਕਾਲ ਦਿੱਤੀ ਹੈ, ਤੇ ਅਸੀਂ ਆ ਸਰਕਾਰ ਤੋਂ ਮੰਗ ਕਰਦੀਆਂ, ਐਸ ਐਸ ਪੀ ਤੋਂ ਮੰਗ ਕਰਦੀਆਂ, ਡੀ ਸੀ ਤੋਂ ਮੰਗ ਕਰਦੀਆਂ ਕਿ ਜਿਹੜਾ ਸਾਡੇ ਦੇ ਤਾਂ ਪਰਚਾ ਬਣਾਇਆ ਉਹਨੂੰ ਰੱਦ ਕਰੋ, ਤੇ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਸਾਡੀਆਂ ਚੁੰਨੀਆਂ ਲਵਾਈਆਂ ਸਿਰੋਂ ਤੋਂ ਸਾਡੇ ਚੁੰਡੀਆਂ ਵੱਡੀਆਂ, ਤੇ ਜਿਹੜੇ ਕਾਂਗਰਸੀ ਗੁੰਡੇ ਆ ਉਹਨਾਂ ਤੇ ਪਰਚੇ ਦਰਜ ਕਰੋ, ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ, ਤੇ ਸਾਡੀਆਂ ਚੁੰਨੀਆਂ ਵਾਪਸ ਕਰਾਈਆਂ ਜਾਣ ਜਿਹੜੀਆਂ ਸਾਡੇ ਸਿਰ ਦੀ ਪੱਗ ਤੇ ਚੁੰਨੀ ਦੀ ਬਰਾਬਰ ਕੀਮਤ ਹੈ। ਮੇਰਾ ਨਾਂ ਹਰਗੋਬਿੰਦ ਕੌਰ ਹੈ, ਤੇ ਜੇ ਸਾਡੇ ਸਿਰਾਂ ਦੀਆਂ ਚੁੰਨੀਆਂ ਲਾ ਕੇ ਪੁਲਿਸ ਲੈ ਕੇ ਜਾਣ ਲੱਗੀ ਤੇ ਸਾਡੀਆਂ ਇੱਜ਼ਤਾਂ ਕਿੱਥੇ ਸੇਫ ਹੈ, ਤੇ ਉਹ ਵੀ ਗੁੰਡਿਆਂ ਨੂੰ ਇਹ ਚੁੰਨੀਆਂ ਫੜਾ ਰਹੇ ਆ, ਸ਼ਰੇਆਮ ਪਤਾ ਲੱਗ ਰਿਹਾ ਕਿ ਗੁੰਡੇ ਸਾਡੇ ਸਿਰ ਦੀਆਂ ਚੁੰਨੀਆਂ ਲੈ ਗਏ। ਪੁਲਿਸ ਬੜੀ ਤੈਨਾਤ ਕੀਤੀ ਗਈ, ਪੁਲਿਸ ਲਾਈ ਗਈ ਚੁਰਾਹਿਆਂ ਤੇ ਹਰ ਪਾਸੇ, ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵੀ ਜਾਣ ਦੇਣਗੇ ਕਿ? ਦੇਖੋ ਇਹਨਾਂ ਨੇ ਆਪਣਾ ਕੰਮ ਕਰਨਾ ਹੈਗਾ, ਤੇ ਇਹ ਪੁਲਿਸ ਲਾਈ ਹੈ, ਸਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਅਸੀਂ ਆਪਦੀ ਗੱਲ ਸਰਕਾਰ ਤੱਕ ਐਸ ਐਸ ਪੀ ਤੱਕ ਪਹੁੰਚਾਉਣ ਆਏ ਹਾਂ, ਅਸੀਂ ਆਪਦੀ ਗੱਲ ਪਹੁੰਚਾਵਾਂਗੇ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।